ਪੰਜਾਬ ਨੌ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਦੋਸਤੋ, ਮੈਂ ਹਾਂ ਮਨੀਸ਼ ਬਿਆਲਾ ਅਤੇ ਅੱਜ ਫਿਰ ਇੱਕ ਵਾਰੀ ਹਾਜ਼ਰ ਹਾਂ ਤੁਹਾਡੇ ਨਾਲ ਖਾਸ ਗੱਲਬਾਤ ਦੇ ਉੱਤੇ। ਸੋ ਕਹਿੰਦੇ ਨੇ ਕਿ ਏਕਤਾ ਦੇ ਵਿੱਚ ਹਮੇਸ਼ਾ ਤੁਹਾਨੂੰ ਬਹੁਤ ਕੁਛ ਜਿਹੜਾ ਉਹ ਮਿਲਦਾ ਹੈ। ਏਕਤਾ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਵੀ, ਉਹ ਮੰਜ਼ਿਲਾਂ ਵੀ ਮਿਲ ਜਾਂਦੀਆਂ ਨੇ ਜਿਹੜੀਆਂ ਸ਼ਾਇਦ ਤੁਸੀਂ ਇਕੱਲੇ ਇਕੱਲੇ ਰਹਿ ਕੇ ਪੂਰੀਆਂ ਨਹੀਂ ਕਰ ਸਕਦੇ ਜਾਂ ਉਹਨਾਂ ਤੱਕ ਪਹੁੰਚ ਨਹੀਂ ਸਕਦੇ। ਸੋ ਅੱਜ ਕੱਲ੍ਹ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇ ਉੱਤੇ ਜਦੋਂ ਇਸ ਤਰੀਕੇ ਦੀਆਂ ਸ਼ਤਾਬਦੀ ਸਮਾਰੋਹ ਹੁੰਦੇ ਨੇ ਤਾਂ ਬਹੁਤ ਕੁਛ ਜਿਹੜਾ ਅਚੀਵ ਕੀਤਾ ਜਾ ਸਕਦਾ, ਅਚੀਵ ਤਦ ਕੀਤਾ ਜਾ ਸਕਦਾ ਜੇ ਅਸੀਂ ਇਕੱਠੇ ਹੋਈਏ ਤਾਂ ਜ਼ਰੂਰ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਚੰਗਾ ਮੈਸੇਜ ਜਾ ਸਕਦਾ ਹੈ। ਪਰ ਜਦੋਂ ਅਸੀਂ ਆਪਣੇ ਪੰਜਾਬ ਦੇ ਵਿੱਚ ਹੀ ਇਕੱਠੇ ਨਹੀਂ ਹੋਏ, ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਦੋ ਵੱਖ ਵੱਖ ਸਟੇਜਾਂ ਲੱਗੀਆਂ ਜਿੱਥੇ ਸਿੱਖੀ ਧਰਮ ਨੇ ਜਨਮ ਲਿਆ ਹੈ, ਉੱਥੇ ਹੀ ਜੇ ਅਸੀਂ ਆਪੋ ਤਾਪ ਦੇ ਵਿੱਚ ਪਏ, ਆਪਣਾ ਆਪਣਾ ਬੋਲਬਾਲਾ ਕਰਨ ਦੇ ਲਈ ਅਸੀਂ ਇੰਨੀਆਂ ਲੜਾਈਆਂ ਲੜੀਆਂ ਨੇ, ਤਾਂ ਫਿਰ ਅਸੀਂ ਕਿਸ ਤਰ੍ਹਾਂ ਏਕਤਾ ਦਾ ਸੰਦੇਸ਼ ਹੈ ਉਹ ਪੂਰੀ ਦੁਨੀਆ ਦੇ ਵਿੱਚ ਦੇ ਸਕਦੇ ਹਾਂ। ਏਕਤਾ ਦਾ ਸੰਦੇਸ਼ ਦੇਣ ਦੇ ਲਈ ਸਾਨੂੰ ਜੇ ਅਸੀਂ ਸ਼ੁਰੂ ਤੋਂ ਹੀ ਇਕੱਠੇ ਹੁੰਦੇ ਤਾਂ ਹਰ ਪਾਸੇ ਜਿਹੜਾ ਸੀ ਇੱਕ ਵਧੀਆ ਸੰਦੇਸ਼ ਜਾਂਦਾ। ਅਤੇ ਅੱਜ ਜਿਹੜਾ ਅਸੀਂ ਸ਼ਤਾਬਦੀ ਸਮਾਰੋਹ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਨਾ ਰਹੇ ਹਾਂ, ਇਹਦਾ ਰੂਪ ਰੇਖਾ ਅਤੇ ਇਹਦੇ ਰੰਗ ਅਤੇ ਇਹਦੀ ਚਰਚਾ ਜਿਹੜੀ ਆ ਹੋਰ ਵੀ ਵੱਧ ਕੇ ਹੁੰਦੀ ਮੇਰੀ ਸੋਚ ਮੁਤਾਬਿਕ, ਮੈਨੂੰ ਇਹ ਲੱਗਦਾ। ਹੋ ਸਕਦਾ ਕਿ ਮੈਂ ਗਲਤ ਹੋਵਾਂ, ਕਿਉਂਕਿ ਜਿਹੜੇ ਆਪਣੀ ਪ੍ਰਧਾਨਗੀ ਆਪਣੀ ਚੌਧਰ ਦੇ ਵਿੱਚ ਹਮੇਸ਼ਾ ਇਕੱਲੇ ਇਕੱਲੇ ਜਾਂ ਆਪਣੇ ਆਪ ਨੂੰ ਅੱਗੇ ਰੱਖ ਕੇ ਪ੍ਰੋਗਰਾਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇਹ ਗੱਲਾਂ ਸਿੱਧੇ ਤੌਰ 'ਤੇ ਗਲਤ ਲੱਗਣਗੀਆਂ। ਉਹਨਾਂ ਨੂੰ ਇਹ ਲੱਗੇਗਾ ਕਿ ਨਹੀਂ, ਹਰੇਕ ਨੂੰ ਆਪਣੇ ਆਪਣੇ ਤੌਰ 'ਤੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਇੰਡੀਵਿਜੁਅਲ ਤਰੀਕੇ ਦੇ ਨਾਲ ਕਰਨ ਦਾ ਅਧਿਕਾਰ ਹੈਗਾ। ਹੋ ਸਕਦਾ ਕਿ ਤੁਸੀਂ ਆਪਣੀ ਜਗ੍ਹਾ ਜਿਹੜੇ ਉਹ ਠੀਕ ਹੋਵੋ। ਪਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਦੋਂ ਵਿਦੇਸ਼ੀ ਧਰਤੀ ਦੇ ਉੱਤੇ ਗੱਲ ਕਰਦੇ ਹਾਂ, ਜਦੋਂ ਅਸੀਂ ਆਪਣੇ ਆਪ ਨੂੰ ਮਿਨੋਰਟੀ ਰੱਖ ਕੇ ਗੱਲ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੇ ਹਾਂ, ਉੱਥੇ ਘੱਟ ਤੋਂ ਘੱਟ ਸਾਨੂੰ ਏਕਤਾ ਜਿਹੜੀ ਹੈ ਉਹ ਕਰ ਲੈਣੀ ਚਾਹੀਦੀ ਹੈ। ਮੈਨੂੰ ਸਿੱਧੇ ਤੌਰ 'ਤੇ ਇਸ ਤਰੀਕੇ ਨਾਲ ਲੱਗਦਾ। ਹੋ ਸਕਦਾ ਕਿ ਇੱਥੇ ਵੀ ਮੈਂ ਗਲਤ ਹੋਵਾਂ, ਕਿਉਂਕਿ ਆਪਣੀਆਂ ਆਪਣੀਆਂ ਕਮੇਟੀਆਂ ਨੇ, ਆਪਣੇ ਆਪਣੇ ਗੁਰੂ ਘਰ ਨੇ, ਆਪਣੀ ਆਪਣੀ ਸੋਚ ਹੈ, ਆਪਣੇ ਆਪ ਨੂੰ ਅੱਗੇ ਲਿਜਾਉਣ ਦੀਆਂ ਜਿਹੜੀਆਂ ਨੇ ਉਹ ਲੜਾਈਆਂ ਨੇ, ਅਤੇ ਆਪਣੇ ਆਪ ਨੂੰ ਅੱਗੇ ਤਸਵੀਰ ਦੇ ਵਿੱਚ ਖੜ੍ਹੇ ਕਰਨ ਦੀ ਇੱਕ ਜਿਹੜੀ ਜੱਦੋ ਜਹਿਦ ਚੱਲ ਰਹੀ ਹੈ ਉਹ ਵੀ ਇੱਥੇ ਜਿਹੜੀ ਹੈ ਬੜੀ ਕਹਿ ਸਕਦੇ ਕਿ ਪ੍ਰਬਲ ਤਰੀਕੇ ਦੇ ਨਾਲ ਇੱਥੇ ਜਿਹੜੀ ਉਹ ਹੈਗੀ ਹੈ। ਪਰ ਜੋ ਸੋਚ ਕੇ ਮੈਨੂੰ ਲੱਗਾ ਜਾਂ ਜੋ ਵੇਖ ਕੇ ਲੱਗਾ ਉਹ ਆਪਣੇ ਆਪ 'ਚ ਗਲਤ ਸੀ। ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਨਿਊਯਾਰਕ ਦੀ ਧਰਤੀ ਦੇ ਉੱਤੇ ਵੀ ਮਨਾਇਆ ਜਾ ਰਿਹਾ ਸੀ। ਇਸ ਮੌਕੇ ਦੇ ਉੱਤੇ ਰਿਚਮੰਡ ਹਿੱਲ ਦੇ ਵਿੱਚ ਦੋ ਮੁੱਖ ਗੁਰੂ ਘਰ ਹੈਗੇ ਨੇ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਅਤੇ ਬਾਬਾ ਮੱਖਣ ਸ਼ਲੋਬਾਣਾ ਸਿੱਖ ਸੈਂਟਰ। ਇਹਨਾਂ ਦੇ ਤੌਰ 'ਤੇ ਅਗਰ ਕਹਿ ਸਕਦੇ ਕਿ ਅਸੀਂ ਮਿਨੋਰਟੀਜ਼ ਇੱਥੇ ਹੈਗੇ ਹਾਂ ਅਤੇ ਬਹੁਤ ਵਧੀਆ ਕੰਮ ਕੀਤਾ ਹੈ। ਦੋਵੇਂ ਗੁਰੂ ਘਰ ਜਿਹੜੇ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਬਹੁਤ ਹੀ ਅਹਿਮ ਰੋਲ ਜਿਹੜਾ ਉਹ ਅਦਾ ਕਰ ਰਹੇ ਨੇ। ਪਰ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਦੀ ਗੱਲ ਆਈ, ਆਪਣੇ ਆਪਣੇ ਤਰੀਕੇ ਨਾਲ ਪ੍ਰੋਗਰਾਮ ਵੀ ਜਿਹੜੇ ਉਲੀਕੇ ਗਏ, ਪਰ ਜਦੋਂ ਸਿਟੀ ਦੇ ਮੇਅਰ ਬਿੱਲ ਦੇ ਬਲਾਸੀ ਨੂੰ ਆਮੰਤ੍ਰਿਤ ਕੀਤਾ ਗਿਆ, ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਤੁਸੀਂ ਇੱਥੇ ਆਓ ਅਤੇ ਸਾਡੇ ਨਾਲ ਸੰਗਤਾਂ ਨਾਲ ਆ ਕੇ ਇਸ ਦਿਹਾੜੇ ਦੇ ਉੱਤੇ ਤੁਸੀਂ ਗੱਲਬਾਤ ਕਰੋ, ਤਾਂ ਸ਼ਾਇਦ ਉੱਥੇ ਜਿਹੜੀਆਂ ਨੇ ਉਹ ਵੰਡੀਆਂ ਪੈ ਗਈਆਂ ਜਿਹੜੀਆਂ ਵੰਡੀਆਂ ਚੰਗੀਆਂ ਨਹੀਂ ਸਨ। ਸਭ ਤੋਂ ਪਹਿਲਾਂ ਮੇਅਰ ਜਿਹੜੇ ਨੇ ਉਹ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਆ ਕੇ ਮੱਥਾ ਟੇਕਦੇ ਨੇ,
ਉੱਥੇ ਸੰਗਤਾਂ ਨੂੰ ਵਧਾਈਆਂ ਦਿੰਦੇ ਨੇ ਅਤੇ ਉੱਥੇ ਬਾਅਦ ਇੱਕ ਸਾਈਟੇਸ਼ਨ ਵੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਨਵੰਬਰ 17 ਦਾ ਦਿਹਾੜਾ ਜਿਹੜਾ ਹੈਗਾ ਉਹ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਜਾਣੇ ਜਾਣ ਦਾ ਜਿਹੜਾ ਉਹ ਐਲਾਨ ਕੀਤਾ ਜਾਂਦਾ ਹੈ। ਬਹੁਤ ਹੀ ਚੰਗੀ ਗੱਲ ਹੈਗੀ ਹੈ। ਪਰ ਕੁਝ ਹੀ ਮਿੰਟਾਂ ਦੇ ਬਾਅਦ ਜਿਹੜਾ ਮੇਅਰ ਜਿਹੜੇ ਨੇ ਉਹ ਦੂਸਰੇ ਗੁਰੂ ਘਰ ਦੇ ਵਿੱਚ ਜਾਂਦੇ ਨੇ ਅਤੇ ਉੱਥੇ ਵੀ ਜਾ ਕੇ ਸੇਮ ਐਲਾਨ ਕਰਦੇ ਨੇ ਅਤੇ ਸੇਮ ਹੀ ਸਾਈਟੇਸ਼ਨ ਜਿਹੜੀ ਉੱਥੇ ਦਿੱਤੀ ਜਾਂਦੀ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਇੱਕ ਹੈਗੇ ਨੇ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਇੱਕ ਹੈਗਾ, ਜੇ ਸੋਚ ਇੱਕ ਹੈਗੀ ਹੈ, ਜੇ ਅਸੀਂ ਇੱਕ ਜੋਤ ਦੇ ਪਿੱਛੇ ਚੱਲਦੇ ਹਾਂ ਤਾਂ ਫਿਰ ਇਸ ਤਰੀਕੇ ਦੀਆਂ ਵੰਡੀਆਂ ਕਿਉਂ? ਕਿੰਨਾ ਵਧੀਆ ਹੁੰਦਾ ਜੇ ਦੋਵੇਂ ਗੁਰੂ ਘਰ ਦੀ ਸੰਗਤ ਇਕੱਠੀ ਹੁੰਦੀ ਅਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੁੰਦਾ, ਮੇਅਰ ਸਾਹਮਣੇ ਹੁੰਦਾ ਅਤੇ ਉਹ ਐਲਾਨ ਕਰਦਿਆਂ ਹੋਰ ਵੀ ਖੁਸ਼ੀ ਪ੍ਰਗਟ ਹੁੰਦਾ ਕਿ ਇਹ ਮਨਿਓਰਟੀ ਜਿਹੜੀ ਹੈ ਇਹ ਵਿਦੇਸ਼ਾਂ ਦੇ ਵਿੱਚ ਵੀ ਇਕੱਠੀ ਹੈਗੀ ਹੈ ਅਤੇ ਇਹ ਇੱਕ ਗੁਰੂ ਦੇ ਨਾਮ ਦੇ ਪਿੱਛੇ ਜਿਹੜਾ ਖੜ੍ਹਨ ਵਾਲੀ ਕੌਮ ਹੈਗੀ ਹੈ, ਸਿੱਖੀ ਦੇ ਝੰਡੇ ਦੇ ਪਿੱਛੇ ਖੜ੍ਹਨ ਵਾਲੀ ਕੌਮ ਹੈਗੀ ਹੈ ਤਾਂ ਇਸਦਾ ਇੱਕ ਸੰਦੇਸ਼ ਹੋਰ ਵੀ ਵਧੀਆ ਜਾਂਦਾ। ਕੱਲ੍ਹ ਨੂੰ ਜਦੋਂ ਵੀ ਕੋਈ ਰਾਜਨੀਤਿਕ ਤੌਰ 'ਤੇ ਲੋੜ ਪੈਂਦੀ ਜਾਂ ਸਮਾਜਿਕ ਤੌਰ 'ਤੇ ਕਿਸੇ ਵੀ ਸਰਕਾਰੀ ਅਦਾਰੇ ਦੀ ਲੋੜ ਪੈਂਦੀ ਤਾਂ ਇੰਪੈਕਟ ਜਿਹੜਾ ਹੋਰ ਵੀ ਵੱਡਾ ਹੁੰਦਾ। ਵੇਖਣ ਵਾਲੇ ਵੀ ਕਹਿੰਦੇ ਕਿ ਨਹੀਂ, ਇਹ ਲੋਕ ਇਕੱਠੇ ਹੈਗੇ ਨੇ, ਇਹ ਇਹਨਾਂ ਦੇ ਜਿਹੜੀ ਸੰਗਤ ਇਕੱਠੀ ਹੈਗੀ ਹੈ, ਇਹਨਾਂ ਗੁਰੂ ਘਰ ਦੀਆਂ ਕਮੇਟੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੈਗੀਆਂ ਨੇ। ਠੀਕ ਹੈ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਹਰ ਇੱਕ ਨੂੰ ਆਪਣੇ ਆਪਣੇ ਤਰੀਕੇ ਨਾਲ ਪ੍ਰੋਗਰਾਮ ਕਰਨ ਦਾ ਅਧਿਕਾਰ ਹੈ, ਉਹ ਕਰਨਾ ਵੀ ਚਾਹੀਦਾ ਕਿਉਂਕਿ ਸੰਗਤ ਜਿਹੜੀ ਆਪਣੇ ਆਪਣੇ ਤਰੀਕੇ ਨਾਲ ਜਿਹੜੀ ਹੈ ਉਹਨੂੰ ਮੇਨਟੇਨ ਕਰਨਾ, ਉਹਦੇ ਨਾਲ ਹੀ ਪ੍ਰੋਗਰਾਮ ਔਰਗਨਾਈਜ਼ ਕਰਨਾ ਹਰੇਕ ਕਮੇਟੀ ਦਾ ਆਪਣਾ ਇੰਡੀਵਿਜੁਅਲ ਅਧਿਕਾਰ ਹੈਗਾ। ਪਰ ਜਦੋਂ ਇਸ ਤਰੀਕੇ ਦਾ ਪ੍ਰੋਗਰਾਮ ਹੋਵੇ, ਜਦੋਂ ਸ਼ਤਾਬਦੀ ਸਮਾਰੋਹ ਹੋਣ, ਉਦੋਂ ਸ਼ਾਇਦ ਸਰਬ ਕਹਿੰਦੇ ਨੇ ਕਿ ਧਰਮ ਸਰਬ ਕਮੇਟੀਆਂ ਜਿਹੜੀਆਂ ਨੇ ਇੱਕ ਮੰਚ ਦੇ ਉੱਤੇ ਇਕੱਠਾ ਹੋਣ ਦੀ ਲੋੜ ਹੈਗੀ ਹੈ। ਕਿਉਂਕਿ ਜੋ ਮੈਨੂੰ ਲੱਗਾ, ਕਿਉਂਕਿ ਇੱਥੋਂ ਦੀ ਜਿਹੜੀ ਪੋਲੀਟਿਕਸ ਹੈਗੀ ਹੈ, ਜਿਹੜੇ ਇੱਥੋਂ ਦੇ ਚੁਣਿੰਦਾ ਲੋਕ ਹੈਗੇ ਨੇ ਜਾਂ ਜਿਹੜੇ ਇਸ ਕੰਟਰੀ ਨੂੰ ਚਲਾਉਂਦੇ ਨੇ, ਉਹ ਹਮੇਸ਼ਾ ਏਕਤਾ ਦੇ ਵਿੱਚ ਯਕੀਨ ਰੱਖਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਇਕੱਠੇ ਹੋ ਕੇ ਲੋਕ ਬੈਠਦੇ ਨੇ ਤਾਂ ਉਹਨਾਂ ਨੂੰ ਗੱਲ ਕਹਿਣ ਦਾ ਵੀ ਮਜ਼ਾ ਆਉਂਦਾ ਅਤੇ ਉਹਨਾਂ ਦੇ ਵਾਸਤੇ ਕੁਛ ਕਰਨ ਦਾ ਵੀ ਉਹਨਾਂ ਨੂੰ ਮਜ਼ਾ ਆਉਂਦਾ। ਸੋ ਜਦੋਂ ਇਸ ਤਰੀਕੇ ਦੀਆਂ ਅਸੀਂ ਵੰਡੀਆਂ ਪਾ ਕੇ ਤੁਰਦੇ ਹਾਂ, ਜਦੋਂ ਇਸ ਤਰੀਕੇ ਨਾਲ ਅਸੀਂ ਐਕਸਕਲੂਸਿਵ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸ਼ਾਇਦ ਉਦੋਂ ਇਸ ਤਰੀਕੇ ਨਾਲ ਗੱਲਾਂ ਨਹੀਂ ਹੋ ਸਕਦੀਆਂ ਜਿਹੜੀਆਂ ਅਸੀਂ ਏਕਤਾ ਦੇ ਤੌਰ 'ਤੇ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੋਕ ਆਪਣੇ ਆਪ ਨੂੰ ਅੱਗੇ ਰੱਖਣ ਦੀ ਬਜਾਏ, ਮੋਹਰੀ ਤਸਵੀਰਾਂ ਦੇ ਵਿੱਚ ਹੋਣ ਦੀ ਬਜਾਏ, ਗੁਰੂ ਦੇ ਸੰਦੇਸ਼ ਨੂੰ ਮੋਹਰੀ ਰੱਖਣ, ਏਕਤਾ ਦੇ ਵਿੱਚ ਯਕੀਨ ਰੱਖਣ ਅਤੇ ਇੱਥੋਂ ਦੀ ਰਾਜਨੀਤੀ ਨੂੰ ਅਤੇ ਇੱਥੋਂ ਦੇ ਅਹੁਦੇਦਾਰਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨ, ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨ ਕਿ ਅਸੀਂ ਇੱਕ ਹੈ ਅਤੇ ਇੱਕ ਹੋ ਕੇ ਜਿਹੜਾ ਅਸੀਂ ਹਮੇਸ਼ਾ ਕੁਛ ਅਚੀਵ ਕਰਨ ਦਾ ਜਿਹੜਾ ਬਲ ਅਤੇ ਸੋਚ ਜਿਹੜੀ ਉਹ ਅਸੀਂ ਰੱਖਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ ਤਰੀਕੇ ਦੀ ਜਿਹੜੀ ਹੈ ਵੱਖ ਵੱਖ ਤਰੀਕੇ ਦੀ ਵੰਡ ਜਿਹੜੀ ਹੈ ਉਹ ਨਾ ਪਵੇ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੋਂ ਦੀ ਸਰਕਾਰ ਦੇ ਸਾਹਮਣੇ ਜਿਹੜੀ ਆਪਣੀ ਮੰਗ ਰੱਖੇ ਅਤੇ ਆਪਣੀ ਹੋਂਦ ਨੂੰ ਦਰਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੇ, ਜਿਹਦੇ ਨਾਲ ਬਹੁਤ ਕੁਛ ਜਿਹੜਾ ਉਹ ਅਚੀਵ ਹੋ ਸਕਦਾ। ਸੋ ਜਿਨ੍ਹਾਂ ਨੂੰ ਸ਼ਾਇਦ ਅਜੇ ਵੀ ਇਕੱਲੇ ਇਕੱਲੇ ਰਹਿਣ ਦਾ ਸ਼ੌਂਕ ਹੈਗਾ, ਉਹਨਾਂ ਨੂੰ ਸ਼ਾਇਦ ਇਹ ਗੱਲ ਜਿਹੜੀ ਪਸੰਦ ਨਾ ਆਵੇ, ਉਹਨਾਂ ਨੂੰ ਫਿਰ ਇੱਕ ਵਾਰੀ ਉਹਨਾਂ ਕੋਲ ਮਾਫੀ। ਪਰ ਸਾਡੇ ਵੱਲੋਂ ਅਤੇ ਸਾਡੇ ਸੋਚ ਵੱਲੋਂ ਅਤੇ ਸਾਡੇ ਪੰਜਾਬ ਨੂੰ TV ਦੇ ਸੰਦੇਸ਼ ਇਹ ਹੈਗਾ ਕਿ ਹਮੇਸ਼ਾ ਏਕਤਾ ਦੇ ਵਿੱਚ ਜਿਹੜਾ ਉਹ ਚੱਲਣ ਦੀ ਕੋਸ਼ਿਸ਼ ਕਰੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਬਹੁਤ ਕੁਛ ਜਿਹੜਾ ਇਸ ਦੇ ਨਾਲ ਅਚੀਵ ਹੋਵੇਗਾ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀਓ।